ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਹਿਦਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਕਰਨਾ ਦਲ ਪੰਜਵਾਂ ਨਿਸ਼ਾਨ। ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੋ ਕਿ 2019 ਦੀਆਂ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ। ਅੱਜ ਅਸੀਂ ਬੈਠੇ ਹਾਂ ਹਲਕਾ ਫਰੀਦਕੋਟ ਦੇ ਵਿਧਾਨ ਸਭਾ ਹਲਕਾ ਕੋਟਕਪੂਰੇ ਦੇ ਸ਼ਹਿਰ ਦੇ ਅੰਦਰ। ਸਾਡੇ ਨਾਲ ਹਨ ਸਰਦਾਰ ਗੁਰਲਾਲ ਸਿੰਘ ਜੀ ਲਾਲੀ, ਸਰਦਾਰ ਸੁਨੀਲ ਸਿੰਘ ਜੀ ਕਪੂਰ, ਸਰਦਾਰ ਬਲਜੀਤ ਸਿੰਘ ਜੀ ਖੀਵਾ, ਸਰਦਾਰ ਗੁਰਾਦਿੱਤਾ ਸਿੰਘ ਜੀ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਇੰਚਾਰਜ। ਇਸ ਤਰ੍ਹਾਂ ਅਸੀਂ ਸਾਰੇ ਹੀ ਅੱਜ ਜੋ ਇਸ ਲੋਕ ਸਭਾ ਹਲਕੇ ਤੋਂ ਸਾਡੇ ਉਮੀਦਵਾਰ ਹਨ ਸਰਦਾਰ ਗੁਲਜਾਰ ਸਿੰਘ ਜੀ ਰਣੀ ਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸੀ ਵਿੰਗ, ਉਹਨਾਂ ਦੇ ਹੱਕ ਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਅਤੇ ਅੱਜ ਅਸੀਂ ਕਿੰਨੀਆਂ ਹੀ ਮੀਟਿੰਗਾਂ, ਕਿੰਨੀਆਂ ਹੀ ਪਰਿਵਾਰਾਂ ਨੂੰ ਜਾ ਕੇ ਮਿਲੇ ਹਾਂ। ਥਾਂ ਥਾਂ ਜਾ ਕੇ ਇਹੋ ਬੇਨਤੀ ਕੀਤੀ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਹਨ ਸਰਦਾਰ ਗੁਲਜਾਰ ਸਿੰਘ ਜੀ ਰਣੀ ਕੇ, ਜੋ ਕਿ ਇੱਕ ਪੰਥਕ ਪਰਿਵਾਰ ਹੈ, ਕੁਰਬਾਨੀ ਵਾਲਾ ਪਰਿਵਾਰ ਹੈ, ਅਸੀਂ ਵੀ ਉਸੇ ਪਰਿਵਾਰ ਦੇ ਵਿੱਚੋਂ ਹਾਂ। ਇਸ ਕਰਕੇ ਇਹਨਾਂ ਵੀਰਾਂ ਨੂੰ ਆ ਕੇ ਬੇਨਤੀ ਕੀਤੀ ਹੈ, ਪਹਿਲਾਂ ਹੀ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਹਨ। ਸੋ ਸਾਨੂੰ ਇੱਥੇ ਆ ਕੇ ਇਹ ਆਸ ਹੋਈ ਹੈ, ਲੋਕਾਂ ਦਾ ਪਿਆਰ ਵੇਖ ਕੇ, ਸੰਗਤਾਂ ਦਾ ਉਤਸ਼ਾਹ ਵੇਖ ਕੇ, ਕਿ ਇਹ ਜਿਹੜੀ ਸੀਟ ਹੈ ਇਹ ਇਹਨਾਂ ਵੀਰਾਂ ਦੇ ਸਾਹ ਦੇ ਸਦਕਾ, ਵੀਰਾਂ ਦੇ ਉਤਸ਼ਾਹ ਦੇ ਸਦਕਾ ਬੜੀ ਸ਼ਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਵੇਗੀ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਗੁਰਲਾਲ ਸਿੰਘ ਲਾਲੀ। ਅਸੀਂ ਅੱਜ ਬਾਬਾ ਜੀ ਨੂੰ, ਬਾਬਾ ਮੇਜਰ ਸਿੰਘ ਨੂੰ ਜੋ ਦਸ਼ਮੇਸ਼ ਤਰਨ ਦਲ ਦੇ ਮੁਖੀ ਨੇ, ਉਹਨਾਂ ਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਅੱਜ ਬਾਬਾ ਜੀ ਕੋਟਕਪੂਰਾ ਦੇ ਵਿੱਚ ਸਰਦਾਰ ਗੁਲਜਾਰ ਸਿੰਘ ਰਣੀਕੇ ਦੇ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਆ। ਮੈਂ ਆਪਣੇ ਵੱਲੋਂ ਸਰਦਾਰ ਬਲਜੀਤ ਸਿੰਘ ਖੀਵਾ ਜੀ ਵੱਲੋਂ, ਗੁਰਾਦਿੱਤਾ ਧਾਲੀਵਾਲ ਜੀ ਵੱਲੋਂ ਅਤੇ ਸਮੁੱਚੇ ਕੋਟਕਪੂਰਾ ਅਤੇ ਉੱਥੋਂ ਦੇ ਸ਼ਹਿਰ ਵਾਸੀਆਂ ਵੱਲੋਂ ਇਹ ਭਰੋਸਾ ਦਿਵਾਉਂਦੇ ਹਾਂ ਕਿ ਜੋ ਅੱਜ ਇਹ ਇਲੈਕਸ਼ਨ ਦਾ ਵਿਗਲ ਵੱਜਿਆ ਹੈਗਾ, ਇਹ ਕੋਟਕਪੂਰਾ ਦੇ 9 ਦੇ 9 ਫਰੀਦਕੋਟ ਹਲਕੇ ਦੇ ਵਿਧਾਨ ਸਭਾ ਜਿਹੜੇ ਹਲਕੇ ਨੇ ਉੱਥੋਂ ਇਹ ਬਹੁਤ ਵਧੀਆ ਢੰਗ ਨਾਲ, ਸ਼ਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਇਹ ਸ਼ੀਟ ਗੁਲਜਾਰ ਸਿੰਘ ਰਣੀਕੇ ਸਾਹਿਬ ਜਿੱਤ ਕੇ ਪਾਉਣਗੇ। ਸੋ ਅਸੀਂ ਇਲਾਕਾ ਵਾਸੀਆਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਰਣੀਕੇ ਸਾਹਿਬ ਬਹੁਤ ਹੀ ਜੁਝਾਰੂ ਅਤੇ ਅਗਾਂਹ ਵਧੂ ਸੋਚ ਦੇ ਮਾਲਿਕ ਨੇ ਔਰ ਹਮੇਸ਼ਾ ਹੀ ਸਮਾਜ ਦੇ ਹਿੱਤ ਦੇ ਲਈ ਇਹ ਕੰਮ ਕਰਦੇ ਆਏ ਹਨ ਅਤੇ ਐਸੀ ਕੈਟਾਗਰੀ ਦੇ ਲੋਕਾਂ ਲਈ ਬਹੁਤ ਵੱਡੇ ਲੈਵਲ ਤੇ ਇਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਹਨ। ਮੈਂ ਸਾਰੇ ਹੀ ਸਮੁੱਚੇ ਫਰੀਦਕੋਟ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਆਓ ਰਲ ਮਿਲ ਕੇ ਗੁਲਜਾਰ ਸਿੰਘ ਰਣੀਕੇ ਦੀ ਝੋਲੀ ਦੇ ਵਿੱਚ ਇਹ ਸ਼ੀਟ ਪਾਈਏ।